एक और जिथे तापमान लगातार डिग रहा है अते धुंदा पै रही हैं उत्थे ही अज मजीठे का तापमान सवेरे 8 बजे 1 डिग्री दर्ज होया है। धुंद का आलम यह है कि विजिबिलिटी 10 तो 15 मीटर ही रही। इस हड़ जमा देने वाली ठंड विच ही यह सवाल उठता है कि उन्हां मासूम बच्चों प्रति असी किन्ने जवाबदेह हाँ जो बच्चे सवेरे कड़कती ठंड विच स्कूल जाते हैं। ਇਹ ਖਬਰ ਦਾ ਮਕਸਦ ਇਹ ਹੈ ਕਿ ਜਦੋਂ ਸਰਕਾਰੀ ਅਦਾਰੇ 10 ਵਜੇ ਖੁੱਲ ਸਕਦੇ ਹਨ ਤਾਂ ਇਸ ਠੰਡ ਵਿੱਚ ਬੱਚਿਆਂ ਲਈ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਕਿਉਂ ਨਹੀਂ। ਆਈ ਵਿਟਨੈਸ ਇੰਡੀਆ ਨਿਊਜ਼ ਅਪੀਲ ਕਰਦਾ ਹੈ ਕਿ ਇਸ ਰੂਟ ਨੂੰ ਜਮ੍ਹਾਂ ਦੇਣ ਵਾਲੀ ਠੰਡ ਦਾ ਖਿਆਲ ਰੱਖ ਕੇ ਬੱਚਿਆਂ ਉੱਪਰ ਰਹਿਮ ਕੀਤਾ ਜਾਵੇ ਅਤੇ ਸਕੂਲ ਦਾ ਸਮਾਂ ਵਿੱਚ ਤਬਦੀਲੀ ਲਿਆਈ ਜਾਵੇ। ਆਈ ਵਿਟਨੈਸ ਇੰਡੀਆ ਨਿਊਜ਼ ਲਈ ਪ੍ਰਮੋਦ ਸ਼ਰਮਾ ਦੀ ਰਿਪੋਰਟ।